ਧੰਨ ਗੁਰੂ ਨਾਨਕ, 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤਿ ਅਜੂਨੀ ਸਹਿ ਪੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਪੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ। ਧੰਨ ਧੰਨ ਬਾਬਾ ਮਹਾਨਾਮ ਸਿੰਘ ਜੀ ਦੀ ਬਰਸੀ 'ਤੇ ਆਈਆਂ ਹੋਈਆਂ ਗੁਰੂ ਕੀਆਂ ਸੰਗਤਾਂ ਸਭ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜਿੰਨੇ ਕਦਮ ਰੱਖੇ ਸਿਰ ਮੱਥੇ 'ਤੇ, ਜਿੰਨਾ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਦਕੇ ਰਹਿਣ ਸਬਾਈ ਉਧਰ ਅੰਮ੍ਰਿਤ ਵੇਲਾ ਹੈ। ਭਗਤਾਂ ਮਹਾਂਪੁਰਸ਼ਾਂ ਦਾ ਸਮਾਂ ਹੈ, ਇਹ ਨਾਮ ਜਪਣ ਵਾਲਿਆਂ ਦਾ। ਇਸ ਸਮੇਂ ਪਾਪੀਆਂ ਨੂੰ ਨੀਂਦਰ ਆ ਜਾਂਦੀ, ਭਗਤਾਂ ਨੂੰ ਯਾਗ ਆ ਜਾਂਦੀ। ਪਾਪੀ ਆਤਮਾ ਸੌ ਜਾਂਦੀ, ਜਿਨ੍ਹਾਂ ਦਾ ਕੋਈ ਪੁੰਨ ਬੀਜਿਆ ਹੋਇਆ ਫਿਰ ਉਹ ਉੱਠਦੇ ਨੇ ਅੰਮ੍ਰਿਤ ਵੇਲੇ। ਜਿਨ੍ਹਾਂ ਦੇ ਕੋਈ ਕਰਮ ਚੰਗੇ ਨੇ, ਵੜ ਭਾਗੀ ਹਰ ਸੰਗਤ ਪਾਵੇ, ਵੱਡੇ ਭਾਗਾਂ ਵਾਲਾ ਹੀ ਗੁਰੂ ਦੀ ਸੰਗਤ ਪ੍ਰਾਪਤ ਕਰਦਾ ਹੈ। ਭਾਗਹੀਣ ਭਰਮ ਚੋਟਾਂ ਖਾਵੇ, ਭਾਗਾਂ ਤੋਂ ਹੀਣਾ ਭਰਮ ਦੀਆਂ ਚੋਟਾਂ ਨੇ। ਭਰਮ ਬਹੁਤ ਭੈੜੀ ਚੀਜ਼ ਹੈ। ਪਰਿਵਾਰ 'ਚ ਭਰਮ ਪੈ ਜੇ, ਦੁਬਿਧਾ ਚਿੰਤਾ ਕਲੇਸ਼ ਆ ਜਾਂਦਾ ਹੈ। ਕਿਸੇ ਵੀ ਚੀਜ਼ ਦਾ ਦੁੱਖ ਤਕਲੀਫ ਦਾ ਭਰਮ ਪੈ ਜੇ ਉਹ ਪਰੇਸ਼ਾਨੀ ਖੜੀ ਕਰਦਾ ਹੈ। ਇਹ ਭਰਮ ਨਾਸ ਕਰਦੀ ਅੰਮ੍ਰਿਤ ਵੇਲਾ। ਵੜ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਭੁਲੇਖੇ ਵਿੱਚ ਹੀ ਤੁਰਿਆ ਫਿਰਦਾ ਵੀ ਪਤਾ ਨਹੀਂ ਮੈਂ ਕੀ ਲੱਭ ਲਿਆ ਹੈ, ਅਤੇ ਠੋਕਰਾਂ ਖਾਂਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨਾਂ ਭਾਗਾਂ ਤੋਂ ਸਤਸੰਗ ਨਹੀਂ ਲੱਭਦੀ,
ਅਤੇ ਦੂਜੀ ਗੱਲ ਇਹ ਬਿਨਾਂ ਸੰਗਤ ਤੋਂ ਮੈਲ ਵੀ ਅੰਦਰੇ ਮੈਲ ਹੀ ਮੈਲ ਇਕੱਠੀ ਹੋ ਜਾਂਦੀ, ਸਰੀਰ ਗੰਦਾ ਹੋ ਜਾਂਦਾ, ਆਤਮਾ ਬਦਬੂ ਆਉਣ ਲੱਗ ਪੈਂਦੀ ਹੈ ਜਿੱਥੇ ਪਰਮਾਤਮਾ ਨੇ ਵਸਣਾ ਹੈ। ਉਹ ਸਰੀਰ ਗੰਦੇ ਕੰਮਾਂ 'ਚ ਹੀ ਡੱਠਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਉ। ਇਹ ਸੰਗਤ ਤੋਂ ਬਗੈਰ ਹਾਲ ਮਾੜਾ ਹੁੰਦਾ ਹੈ, ਸੰਗਤ ਦੇ ਨਾਲ ਹਾਲ ਨਹੀਂ ਮਾੜਾ ਹੁੰਦਾ। ਸੰਗਤ ਬੰਦੇ ਨੂੰ ਤਾਰ ਦਿੰਦੀ। ਰਾਮ ਮੋਕੋ ਹਰ ਜਨ ਕਾਹਰੇ ਲਾਈਏ। ਮੈਨੂੰ ਕਿਸੇ ਮਹਾਂਪੁਰਸ਼ਾਂ ਦੀ ਮੇਰੀ ਝੋਲੀ 'ਚ ਸੇਵਾ ਪਾ ਦਿਓ, ਕਿਸੇ ਮਹਾਂਪੁਰਖਾਂ ਦੀ ਕਾਰ ਸੇਵਾ ਦੀ ਦਾਤ ਮੇਰੀ ਝੋਲੀ 'ਚ ਪਾ ਦਿਓ। ਉਹ ਮੈਂ ਗੁਰੂ ਨਾਨਕ ਦੇ ਘਰ ਦੀ ਕਾਰ ਕਮਾਵਾਂ, ਸੇਵਾ ਕਰਾਂ, ਮੇਰੀ ਇਵੇਂ ਹੀ ਉਮਰ ਬਤੀਤ ਹੋ ਜਾਵੇ। ਸੇਵਾ ਕਰਦੇ ਕਰਦੇ ਦੀ ਉਮਰ ਇਵੇਂ ਹੀ ਲੰਘ ਜਾਵੇ ਮੇਰੀ, ਕਿਉਂਕਿ ਇੱਥੇ ਬੜਾ ਸੁੱਖ ਹੈ ਸਾਧੂ ਸੰਗਤ ਵਿੱਚ, ਮਹਾਂਪੁਰਸ਼ਾਂ ਦੇ ਕੋਲ ਬੜਾ ਸੁੱਖ ਹੈ। ਕਿੰਨੀ ਬਾਬਾ ਜੀ ਦੇ ਘਰ ਵਿੱਚ ਸ਼ਾਂਤੀ ਹੈ। ਅਸੀਂ ਪਹਿਲਾਂ ਵੀ ਆਉਂਦੇ ਸੀ ਨਾ, ਪੁੱਛੋ ਪ੍ਰਸ਼ਾਦਾ ਛੱਕ ਕੇ, ਰਹਿ ਰਾਸ ਤੋਂ ਬਾਅਦ ਥੋੜ੍ਹਾ ਜਿਹਾ ਕੀਰਤਨ ਹੋ ਕੇ ਅਤੇ ਸਮਾਪਤੀ ਹੋ ਜਾਣੀ। ਸੁਭਾਅ ਹੁੰਦਾ ਸੀ ਜ਼ਿਆਦਾ ਸਮਾਂ ਜਾਗਣ ਦਾ, ਇੱਥੇ ਟਾਈਮ ਨਾਲ ਹੀ ਭੋਗ ਪੈ ਜਾਂਦਾ ਸੀ। ਫਿਰ ਇਹਨਾਂ ਰਾਤਾਂ ਦੇ ਵਿੱਚ ਜੇ ਕਮਰਿਆਂ ਤੋਂ ਕਿਤੇ ਬਾਹਰ ਨਿਕਲਣਾ ਤਾਂ ਸ਼ਾਂਤੀ ਸ਼ਾਂਤੀ ਮਹਿਸੂਸ ਹੋਣੀ ਕਿ ਬਿਲਕੁਲ ਸ਼ਾਂਤ ਪਈ ਧਰਤੀ, ਆਨੰਦ ਲੈ ਰਹੀ ਹੈ ਧਰਤੀ, ਕਿਉਂਕਿ ਇਹ ਧਰਤੀ ਬੜੀ ਪ੍ਰਸੰਨ ਹੈ ਜਿੱਥੇ ਨਾਮ ਜਪਿਆ ਜਾ ਰਿਹਾ ਹੈ। ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉੱਥੇ ਧਰਤੀ ਪੁਕਾਰ ਕਰਦੀ, ਉਹ ਧਰਤੀ ਪੁਕਾਰ ਕਰਦੀ ਕੋਈ ਨਾਮ ਜਪਣ ਵਾਲਾ ਆਵੇ, ਕੋਈ ਸੇਵਾ ਸਿਮਰਨ ਕਰਨ ਵਾਲਾ ਆਵੇ, ਮੇਰਾ ਭਾਰ ਹੌਲਾ ਹੋਵੇ। ਧਰਤੀ ਨੂੰ ਪੁੱਛਿਆ ਤੈਨੂੰ ਭਾਰ ਕਿਹੜੀ ਚੀਜ਼ ਦਾ ਹੈ, ਕਹਿੰਦੀ ਕੋਈ ਨਹੀਂ ਭਾਰ ਮੈਨੂੰ ਕਿਸੇ ਵੀ ਚੀਜ਼ ਦਾ, ਕੋਈ ਭਾਰ ਹੈਗਾ ਹੈ, ਕਹਿੰਦੀ ਹਾਂ ਹੈ, ਬਹੁਤ ਭਾਰ ਹੈ ਵੀ ਹੈ ਮੈਨੂੰ, ਕਹਿੰਦੇ ਪਰਬਤਾਂ ਦਾ ਪਹਾੜਾਂ ਦਾ ਭਾਰ ਤੇਰੇ 'ਤੇ, ਕਹਿੰਦੀ ਨਹੀਂ, ਆਖਿਆ ਜੀਵ ਜੰਤੂਆਂ ਦਾ ਭਾਰ ਹੈ। ਧਰਤੀ ਕਹਿੰਦੀ ਨਹੀਂ, ਜੀਵ ਜੰਤੂ ਤਾਂ ਮੇਰੇ ਹੀ ਬਣੇ ਹੋਏ ਨੇ, ਉਹਨਾਂ ਦਾ ਵੀ ਨਹੀਂ ਭਾਰ, ਦਰਖਤਾਂ ਦਾ, ਬਨਸਪਤ ਦਾ, ਜਿੰਨੇ ਪੇੜ ਪੌਦੇ ਨੇ ਇਹਨਾਂ ਦਾ ਭਾਰ ਹੈ, ਨਦੀਆਂ ਨਾਲਿਆਂ ਦਾ ਭਾਰ ਹੈ। ਕਹਿਣ ਲੱਗੀ ਨਹੀਂ, ਭਾਰੇ ਭੋਏ ਅਕਿਰਤ ਕਣ। ਧਰਤੀ ਕਹਿੰਦੀ ਭੋਏ ਧਰਤੀ ਨੂੰ ਆਖਿਆ, ਧਰਤੀ ਕਹਿੰਦੀ ਮੇਰੇ 'ਤੇ ਭਾਰ ਹੈ ਅਕਿਰਤ ਕਣ ਦਾ, ਉਹ ਬਹੁਤ ਭਾਰਾ ਹੁੰਦਾ, ਬਹੁਤ ਪਾਪੀ ਹੈ,
ਅਕਿਰਤ ਕਣ ਉਹ ਹੈ ਜਿਹੜਾ ਗੁਰੂ ਦੇ ਕੀਤੇ ਨੂੰ ਜਾਣਦਾ ਨਹੀਂ, ਗੁਰੂ ਦੀਆਂ ਮਿਹਰਾਂ ਨੂੰ ਸਮਝਦਾ ਨਹੀਂ, ਗੁਰੂ ਦਾ ਖਾ ਕੇ ਮੁੱਕਰਦਾ ਹੈ, ਗੁਰੂ ਤੋਂ ਮੂੰਹ ਫੇਰਦਾ ਹੈ। ਸਾਨੂੰ ਮਹਾਂਪੁਰਸ਼ਾਂ ਨੇ ਕੀ ਯਾਦ ਕਰਾਇਆ? ਉਹਨਾਂ ਕਿਹਾ ਭਾਈ ਆਪਾਂ ਨਾਮ ਜਪਣ ਵਾਸਤੇ ਆਏ ਹਾਂ, ਸੇਵਾ ਸਿਮਰਨ ਵਾਸਤੇ ਆਏ ਹਾਂ, ਗੁਣਾਹ ਕਰਨ ਲਈ ਨਹੀਂ ਆਏ। ਇਸ ਕਰਕੇ ਗੁਣਾਹ ਨਾ ਕਰੋ, ਪਾਪ ਨਾ ਕਰੋ, ਧੋਖੇ ਨਾ ਕਰੋ, ਬਹੁਤੀਆਂ ਮਾਇਆ ਪਿੱਛੇ ਦੌੜਾਂ ਨਾ ਲਾਓ। ਜਪੜੋ ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਅਕਿਰਤ ਕਾਣ ਬਹੁਤ ਮਾੜਾ, ਗੁਰੂ ਦੇ ਕਿਰਤ ਘੜ ਨਾ ਨਿਕਲਿਓ, ਕਦੇ ਵੀ ਨਾ ਜ਼ਿੰਦਗੀ 'ਚ ਬਣਿਓ। ਮਹਾਂਪੁਰਸ਼ਾਂ ਨੇ ਬਹੁਤ ਰਹਿਮਤਾਂ ਕੀਤੀਆਂ ਸਾਡੇ 'ਤੇ, ਬੜੇ ਸੁੱਖ ਦਿੱਤੇ ਆ, ਪਦਾਰਥ ਦਿੱਤੇ ਨੇ, ਕਾਰੋਬਾਰ ਦਿੱਤੇ ਨੇ, ਸਾਡੇ ਨਾਲ ਰਹਿੰਦੇ ਆ, ਅਤੇ ਆਪਾਂ ਕਿਰਤ ਘੜ ਨਹੀਂ ਬਣਨਾ, ਗੁਰੂ ਦਾ ਦਾਸ ਬਣ ਕੇ ਰਹਿਣਾ, ਸਭ ਕੁਛ ਗੁਰੂ ਨਾਨਕ ਦਾ ਹੀ ਹੈ। ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਕਹਿੰਦੇ ਜੀ ਕਿੰਨਾ ਕੁ ਮਾੜਾ ਕਿਰਤ ਕਣ। ਕਹਿੰਦੇ ਇੱਕ ਵਾਰੀ ਕੋਈ ਬਹੁਤ ਗਰੀਬਣੀ ਉਹਨੂੰ ਚੂੜੀ ਦੱਸਿਆ ਇਤਿਹਾਸ ਵਿੱਚ, ਚੂੜੀ ਦਾ ਮਤਲਬ ਵੀ ਮਾੜੇ ਨੀਵੇਂ ਕੰਮ ਕਰਨ ਵਾਲੀ, ਜਿਹੜੇ ਸਭ ਤੋਂ ਨੀਚ ਕੰਮ ਕਰਦੀ ਸੀ ਆਪਣੇ ਸੰਸਾਰ 'ਚ, ਦਲਿਤ ਨੇ, ਰਵਿਦਾਸੀਏ ਨੇ, ਹੋਰ ਬਹੁਤ ਜਾਤਾਂ ਵਾਲੇ ਆ, ਪਰ ਜਿਹਨੂੰ ਗੁਰਬਾਣੀ 'ਚ ਚੂੜਾ ਜਾਂ ਚੂੜੀ ਲਿਖਿਆ ਨਾ, ਹੁਣ ਸਰਕਾਰ ਨੇ ਤਾਂ ਸਜ਼ਾ ਵੀ ਲਾਈ ਵੀ ਇਹ ਕਹਿਣ ਦਾ ਸਜ਼ਾ ਹੈ, ਜੇ ਕਿਸੇ ਨੂੰ ਕਵੇ, ਕਿਸੇ ਨੂੰ ਆਖੇ ਇਹੋ ਜਿਹਾ ਨੀਚ ਨਾ ਲੈ ਕੇ ਕਿਸੇ ਨੂੰ ਬੁਲਾਵੇ, ਅਤੇ ਸਰਕਾਰ ਨੇ ਕਿਹਾ ਵੀ ਇਹ ਬੁਲਾਉਣਾ ਨਹੀਂ ਕਿਸੇ ਨੂੰ ਇਸ ਨਾਂ 'ਤੇ। ਬਾਣੀ 'ਚ ਲਿਖਿਆ ਇਹਦੇ ਬਾਰੇ ਵੀ, ਕਹਿੰਦੇ ਢੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ। ਇੱਕ ਬਹੁਤ ਗੰਦੀ ਔਰਤ ਸੀ, ਉਹ ਕੋਈ ਚੀਜ਼ ਢੱਕ ਕੇ ਲੈ ਜਾ ਰਹੀ ਸੀ, ਢੱਕ ਕੇ ਲਈ ਜਾਂਦੀ ਸੀ, ਅਤੇ ਉਹਨੇ ਜਾ ਕੇ ਪਾਪ ਗੁਣਾਹ ਕੀਤੇ ਸੀ ਅਤੇ ਪਾਪ ਗੁਣਾਹ ਹੀ ਕਰਨੇ ਸੀ, ਭੋਗ ਵਿਲਾਸ ਕਰਦੀ ਸੀ। ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ। ਕਿਸੇ ਨੇ ਫਿਰ ਉਹਨੂੰ ਪੁੱਛਿਆ, ਆਖ ਸੁਣਾਉਂਦੇ ਪੁੱਛਿਆ, ਲਾਹੇ ਵਿਸ਼ਵਾਸ ਮੈਨੂੰ ਦੱਸ ਕਿ ਇਹ ਤੂੰ ਕਿਹੜੀ ਚੀਜ਼ ਢੱਕੀ ਹੋਈ ਹੈ। ਕਹਿਣ ਲੱਗੀ ਇਹ ਜਿਹੜਾ ਮੈਂ ਢੱਕਿਆ ਹੈ ਨਾ, ਇਹ ਕੁੱਤੇ ਦਾ ਮਾਸ ਸੀ ਅਤੇ ਇਹਨੂੰ ਸ਼ਰਾਬ 'ਚ ਪਾ ਕੇ ਰਿੰਨੇ ਆਏ, ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ,
ਇਹ ਸਾਰੀਆਂ ਗੰਦੀਆਂ ਚੀਜ਼ਾਂ ਹੀ ਨੇ। ਕੁੱਤੇ ਦਾ ਮਾਸ ਨਹੀਂ ਕੋਈ ਖਾਂਦਾ, ਸ਼ਰਾਬ ਗੰਦੀ, ਅਤੇ ਧਰਿਆ ਮਾਨਸ ਖੋਪਰੀ, ਬੰਦੇ ਦੀ ਖੋਪਰੀ 'ਚ ਪਾ ਕੇ ਇਹਨੂੰ ਰਿੰਨਿਆ ਹੈ। ਪੜ੍ਹਿਓ, ਮੱਧ ਵਿੱਚ ਰਿੰਦਾ ਪਾ ਕੇ ਮੱਧ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਸ਼ਰਾਬ ਵਿੱਚ ਪਾ ਕੇ ਕੁੱਤੇ ਦਾ ਮਾਸ ਇਹ ਰਿੰਨਿਆ ਹੈ। ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਇਹ ਬੌੜੀ ਮਨ 'ਚ ਵਾਸ਼ਨਾ ਗੰਦੀ ਰੱਖ ਕੇ ਨਾ ਇਹ ਬੰਦੇ ਦੀ ਖੋਪਰੀ 'ਚ ਬਣਾਇਆ। ਕਹਿੰਦੇ ਨੇ ਚੀਜ਼ ਬਣਾਉਣ ਲੱਗਿਆ ਵਾਸ਼ਨਾ ਚੰਗੀ ਕਰੋ ਅਤੇ ਪਦਾਰਥ ਚੰਗਾ ਬਣਦਾ ਹੈ। ਜੇ ਉਹਨਾਂ 'ਤੇ ਵਾਸ਼ਨਾ ਤੁਹਾਡੀ ਗੰਦੀ ਹੈ, ਵਿਸ਼ੇ ਵਿਕਾਰ ਨੇ, ਫਿਰ ਉਹ ਪਦਾਰਥ ਵੀ ਗੰਦਾ ਹੋ ਜਾਂਦਾ, ਉਹ ਪਦਾਰਥ ਜਿਹੜਾ ਉਹ ਗੰਦਾ ਹੋ ਜਾਂਦਾ ਹੈ। ਕਹਿੰਦੇ ਮੰਦੀ ਵਾਸ਼ਨਾ ਦੇ ਨਾਲ ਭੈੜੀ ਜਨਾਨੀ ਨੇ ਸ਼ਰਾਬ ਦੇ ਵਿੱਚ ਪਾ ਕੇ ਕੁੱਤੇ ਦਾ ਮਾਸ ਰਿੰਨਿਆ ਹੈ, ਬੰਦੇ ਦੀ ਖੋਪਰੀ 'ਚ ਪਾ ਕੇ ਬਣਾਇਆ ਹੈ। ਹਾਂਜੀ, ਰਤੂ ਭਰਿਆ ਕੱਪੜਾ ਕਰ ਕੱਜਣ ਤਾਸ, ਜਿਹਦੇ ਨਾਲ ਕੱਜਿਆ ਲਹੂ ਦਾ ਭਰਿਆ ਹੋਇਆ ਕੱਪੜਾ ਹੈ, ਉਹਦੇ ਨਾਲ ਉਹ ਮਾਸ ਢੱਕਿਆ ਹੋਇਆ ਹੈ। ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ, ਚੂੜੀ ਢੱਕ ਕੇ ਲੈ ਕੇ ਜਾ ਰਹੀ ਹੈ ਅਤੇ ਉਹਨੇ ਭੋਗ ਵਿਲਾਸ ਮਾੜੇ ਕੰਮ ਕਰਨੇ ਆ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਇਹਨੇ ਪੁੱਛਿਆ ਕਿ ਮੈਨੂੰ ਦੱਸ ਇਹਦੇ ਵਿੱਚ ਹੈ ਕਿਹੜੀ ਚੀਜ਼, ਆ ਜਿਹੜਾ ਤੂੰ ਲਹੂ ਦਾ ਭਿੱਜਿਆ ਕੱਪੜਾ ਰੱਖਿਆ ਇਹਦੇ ਵਿੱਚ ਕੀ ਹੈ। ਉਹਨੇ ਫਿਰ ਦੱਸਿਆ ਸਾਰਾ, ਕੁੱਤੇ ਦਾ ਮਾਸ ਹੈ। ਆਖ ਸੁਣਾਉਂਦੇ ਪੁੱਛਿਆ ਲਾਹੇ ਵਿਸ਼ਵਾਸ, ਮੈਨੂੰ ਦੱਸ ਹੈ ਕੀ ਇਹ ਵਿੱਚ। ਨਜ਼ਰੀ ਪਵੈ ਕਿਰਤ ਖਣ ਮਤ ਹੋਏ ਵਿਣਾ, ਇੰਨਾ ਮਾੜਾ ਕਿਰਤ ਖਾਣੇ, ਕਹਿੰਦੇ ਕੋਈ ਅਕਿਰਤ ਖਣ ਬੰਦੇ ਦੀ ਨਿਗਾਹ ਨਾ ਪੈ ਜਾਏ ਇਹਦੇ 'ਤੇ। ਮੈਂ ਆਪਦੇ ਦੋਸਤ ਵਾਸਤੇ ਲੈ ਕੇ ਚੱਲੀ ਹਾਂ, ਇਹਨੂੰ ਖਾ ਕੇ ਮਾੜੇ ਕਰਮ ਹੀ ਕਰਨੇ ਆ, ਅਤੇ ਮੈਂ ਇਸ ਕਰਕੇ ਢੱਕ ਕੇ ਲਿਜਾਣੀ ਪਈ ਵੀ ਢੱਕਿਆ ਕਿਉਂ ਹੈ। ਢੱਕਿਆ ਕਿ ਕਿਸੇ ਅਕਿਰਤ ਖਣ ਦੀ ਨਿਗਾਹ ਨਾ ਪੈ ਜਾਵੇ। ਇੰਨਾ ਮਾੜਾ, ਕਹਿੰਦੇ ਗੁਰੂ ਸਾਹਿਬ, ਕਹਿੰਦੇ ਮਾੜੀਆਂ ਚੀਜ਼ਾਂ ਤੋਂ ਵੀ ਮਾੜਾ ਹੈ ਜਿਹੜਾ ਰੱਬ ਨੂੰ ਭੁੱਲਦਾ ਹੈ, ਜਿਹੜਾ ਨਿਤਨੇਮ ਨਹੀਂ ਕਰਦਾ, ਜਿਹੜਾ ਗੁਰੂ ਨਾਲ ਮਹਾਂਪੁਰਸ਼ਾਂ ਨਾਲ ਧੋਖਾ ਕਰਦਾ ਹੈ, ਜਿਹੜਾ ਸੰਗੀਆਂ ਨਾਲ ਧੋਖਾ ਕਰਦਾ ਹੈ। ਕਈ ਵਾਰੀ ਸੰਗੀ ਆਦਮੀ ਦੂਜੇ ਨੂੰ ਠੱਗਣ ਲੱਗ ਜਾਂਦੇ ਵੀ ਗੁਰੂ ਦਾ ਵਿਸ਼ਵਾਸ ਦੇ ਕੇ, ਗੁਰੂ ਦਾ ਵਿਸ਼ਵਾਸ ਦੇ ਕੇ ਠੱਗੀ ਨਹੀਂ ਮਾਰਨੀ, ਅਕਿਰਤ ਬਣ ਕਣ ਬਣ ਜਾਵਾਂਗੇ। ਇਸ ਕਰਕੇ ਭਾਈ ਇਹ ਜੇ ਕਿਰਤ ਕਣ ਦੀ ਨਿਗਾਹ ਪੈ ਗਈ ਤਾਂ ਇਹ ਚੀਜ਼ ਖਾਣ ਦੇ ਯੋਗ ਨਹੀਂ ਰਹਿਣੀ। ਮਾੜੀਆਂ ਚੀਜ਼ਾਂ ਤੋਂ ਵੀ ਮਾੜਾ, ਕੁੱਤੇ ਦਾ ਮਾਸ, ਸ਼ਰਾਬ ਬੰਦੇ ਦੀ ਖੋਪਰੀ 'ਚ ਤਰਿਆ, ਅਤੇ ਟੱਕ ਕੇ ਲਿਜਾਣ ਵਾਲੀ ਵੀ ਇੱਕ ਔਰਤ ਮਾੜੀ ਪਾਪ ਕਰਦੀ। ਇੰਨਾ ਮਾੜਾ ਕਿਰਤ ਕਾਣੇ, ਅਤੇ ਸਤਿਗੁਰਾਂ ਅੱਗੇ ਅਰਜ ਕਰਨੀ ਹੈ ਜੇ ਤੇਰਾ ਕੀਤਾ ਜਾਤੋਂ ਨਾਹੀ, ਮੈਂ ਵੀ ਇਹ ਕਿਰਤ ਕਾਣਾ ਮੈਨੂੰ ਬਖਸ਼ਦਾ।
ਗੁਣਾਂ ਦੇ ਪਾਪਾਂ ਦਾ ਭਰਿਆ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਥੋੜ੍ਹੇ ਹੁੰਦੇ ਨੇ, ਗੁਣਾਂ ਬਹੁਤੇ ਹੁੰਦੇ ਆ। ਇਸ ਕਰਕੇ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਕਿਰਪਾ ਕਰੋ ਮਹਾਰਾਜ, ਸਾਡੇ 'ਤੇ ਰਹਿਮਤ ਕਰੋ, ਆਪਦੇ ਚਰਨਾਂ ਦੀ ਓਟ ਆਸਰਾ ਬਖਸ਼ੋ, ਆਪਦੇ ਚਰਨਾਂ ਨਾਲ ਜੋੜੋ ਅਤੇ ਸਾਨੂੰ ਆਪਣੀ ਭਗਤੀ ਲਾ ਲਓ। ਆਪਣੀ ਭਗਤੀ ਲਾ ਲੈ ਮਾਲਕਾ, ਮੈਨੂੰ ਆਪਣੀ ਭਗਤੀ ਲਾ ਲੈ ਮਾਲਕਾ। ਭਗਤੀ
ਬਾਬਾ ਜੀ ਤੇਰੇ ਘਰ ਵਿੱਚ ਰਹਿਣ ਦਾ ਮੇਰਾ ਕੋਈ ਜ਼ਰੀਆ ਬਣ ਜੇ, ਕੋਈ ਕਿਰਤ ਮਿਲ ਜੇ, ਕੋਈ ਕੰਮ ਮਿਲ ਜੇ, ਕੋਈ ਸੇਵਾ ਮਿਲ ਜੇ, ਮੇਰੀ ਗੰਢ ਪਈ ਰਵੇ, ਮੇਰਾ ਸਾਰਾ ਪਰਿਵਾਰ ਤੱਤੀਆਂ ਹਵਾਵਾਂ ਤੋਂ ਬਚਿਆ ਰਹੇਗਾ। ਜੇ ਤੂੰ ਆਪਦੇ ਚਰਨਾਂ 'ਚ ਕੋਈ ਸੇਵਾ 'ਤੇ ਲਾ ਲਏਗਾ ਸਮੇਂ, ਜ਼ਿੰਦਗੀ 'ਚ ਦੁੱਖ ਬਹੁਤੇ ਆ, ਸੁੱਖ ਥੋੜ੍ਹੇ। ਦੁੱਖ ਕੀਆਂ ਪੰਡਾ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਫਿਰ ਬੜਾ ਬੋਝ ਹੁੰਦਾ ਜਦੋਂ ਦੁੱਖ 'ਤੇ ਦੁੱਖ ਦੀਆਂ ਪੰਡਾ ਖੁੱਲਦੀਆਂ, ਧੀ ਵੱਲੋਂ, ਪੁੱਤ ਵੱਲੋਂ, ਭੈਣਾਂ ਭਰਜਾਈਆਂ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਧੀਆਂ ਪੁੱਤਰਾਂ ਵੱਲੋਂ, ਪਤਾ ਹੀ ਨਹੀਂ ਕਿੰਨੇ ਕੁ ਬੋਝ ਨੇ, ਕਿੰਨੇ ਕੁ ਦੁੱਖ ਨੇ। ਪਰ ਜੇ ਤੁਸੀਂ ਆਪਣਾ ਬਣਾ ਲਿਆ ਤਾਂ ਮੇਰਾ ਸਫ਼ਰ ਸੌਖਾ ਨਿਕਲ ਜਾਏਗਾ, ਯਾਤਰਾ ਸੰਸਾਰ ਦੀ। ਨਹੀਂ ਤਾਂ ਮੈਂ ਦੁੱਖ ਹਾਏ ਹਾਏ ਕਰਦਾ ਕੱਢਾਂਗਾ, ਬਹੁਤ ਦੁੱਖ ਵਿੱਚ ਜ਼ਿੰਦਗੀ ਬਤੀਤ ਕਰਾਂਗਾ। ਮੈਨੂੰ ਆਪਣੇ ਚਰਨਾਂ 'ਚ ਰੱਖ ਲੈਣ। ਆਪਦੇ ਚਰਨਾਂ 'ਚ ਰੱਖ ਲੈਣਾ, ਚਰਨਾਂ 'ਚ ਥਾਂ ਬਖਸ਼ਣੀ। ਕਹਿੰਦੇ ਇੱਕ ਇੱਲ ਨੇ ਨਾ ਕਿਸੇ ਗੁਨਾਹਗਾਰ ਦੀ ਕਿਰਤ ਕਰਨ ਦੀ ਹੱਡੀ ਚੱਕ ਲਈ। ਇੱਲ ਚੱਕ ਕੇ ਉਹ ਹੱਡੀ ਆਪਦੇ ਆਲ੍ਹਣੇ 'ਚ ਲੈ ਗਈ। ਉਹ ਪਿੱਪਲ ਦਾ ਦਰਖਤ ਸੀ, ਉਹਦੇ ਥੱਲੇ ਮਹਾਂਪੁਰਸ਼ਾਂ ਦੀ ਝੌਂਪੜੀ ਸੀ, ਝੁੱਗੀ ਸੀ। ਪਿੱਪਲ ਦਾ ਸਹਾਰਾ ਲੈਂਦੇ ਸੀ ਛਾਂ ਦਾ, ਉਹਨਾਂ ਦੀ ਨਾਮ ਜਪਦੇ ਸੀ ਸਾਧੂ। ਬਰਕਤ ਸੀ, ਬਹੁਤ ਰੱਬ ਦੇ ਪਿਆਰੇ ਸਨ, ਸਾਰੀਆਂ ਵਾਸ਼ਨਾ ਤੋਂ ਪਰੇ ਸਨ। ਉਹ ਮਹਾਂਪੁਰਸ਼ਾਂ ਦੀ ਝੁੱਗੀ ਸੀ, ਪਰ ਉਹ ਦਰਖਤ ਸੁੱਕ ਗਿਆ ਪਿੱਪਲ। ਜਦੋਂ ਸੁੱਕ ਗਿਆ ਸੰਤ ਬੜੇ ਪਰੇਸ਼ਾਨ ਹੋਏ। ਸੰਗਤ ਆਉਂਦੀ ਸੀ, ਰਾਜਾ ਵੀ ਆਉਂਦਾ ਸੀ, ਉਹਦੀ ਧੀ ਜਵਾਨ ਸੀ। ਉਹ ਰੋਜ਼ ਸੰਤਾਂ ਦੇ ਡੇਰੇ ਝਾੜੂ ਲਾ ਕੇ ਸੰਤਾਂ ਤੋਂ ਕਿਣਕਾਂ ਪ੍ਰਸ਼ਾਦ ਦਾ ਲੈ ਕੇ ਜਾਂਦੀ ਸੀ, ਰਾਜੇ ਦੀ ਬੇਟੀ। ਸਾਰੇ ਆਉਂਦੇ ਸੀ, ਰਾਜੇ ਦਾ ਪਰਿਵਾਰ ਵੀ ਆਉਂਦਾ ਸੀ। ਸੰਤਾਂ ਨੇ ਦੇਖਿਆ ਵੀ ਇਹ ਕਿਉਂ ਸੁੱਕ ਗਿਆ, ਇਹਨੂੰ ਕਿਹੜਾ ਪਾਪ ਲੱਗਿਆ ਹੈ। ਆਖੋ ਸੀ ਜਦੋਂ ਬੰਦੇ ਦੇ ਕੋਈ ਗੁਨਾਹ ਪੈਂਦੇ ਆ, ਕੋਈ ਸਰੀਰ ਢਿੱਲਾ ਹੋਵੇ, ਕੋਈ ਪਰਿਵਾਰ ਦਾ ਮੈਂਬਰ ਬਿਮਾਰ ਹੋ ਜਾਏ, ਕੋਈ ਦੁੱਖ ਤਕਲੀਫਾਂ ਆ ਜਾਣ, ਉਸ ਸਮੇਂ ਕੋਈ ਪਾਪ ਸਿਰ ਪੈ ਗਿਆ, ਗੁਨਾਹ ਪੈ ਗਿਆ, ਕੋਈ ਔਗਣ ਪਿੱਛੇ ਲੱਗ ਗਿਆ ਜਿਹੜਾ ਕੰਮ ਨਹੀਂ ਚੱਲਣ ਦਿੰਦਾ, ਜਿਹੜਾ ਦੁੱਖ ਦਿੰਦਾ। ਸੰਤਾਂ ਨੇ ਕਿਹਾ ਇਹਨੂੰ ਕਿਹੜਾ ਪਾਪ ਇਹਦੇ ਸਿਰ ਪੈ ਗਿਆ, ਕਿੰਨਾ ਕੁ ਮਾੜਾ ਬੰਦਾ ਕੋਈ ਇਹਦੇ ਥੱਲੇ ਆ ਗਿਆ, ਇਹ ਦਰਖਤ ਕਿਉਂ ਸੁੱਕ ਗਿਆ। ਉਹਨਾਂ ਨੇ ਧਿਆਨ ਧਰਿਆ, ਆਤਮਕ ਸ਼ਕਤੀ ਦੇ ਨਾਲ ਵੇਖਿਆ ਇਸ ਦੇ ਉੱਪਰ, ਨਿਗਾਹ ਮਾਰੀ ਤੇ ਇਲਦਾਲ ਨਾ ਸੀ। ਉਹਨਾਂ ਨੇ ਕਿਹਾ ਕੋਈ ਜ਼ਰੂਰ ਵਿੱਚ ਮਾੜੀ ਚੀਜ਼ ਹੋਏਗੀ। ਸੰਤਾਂ ਨੇ ਦ੍ਰਿਸ਼ਟੀ ਨਾਲ ਦੇਖਿਆ, ਉੱਤੇ ਆਲ੍ਹਣੇ ਦੇ ਵਿੱਚ ਇੱਕ ਹੱਡੀ ਪਈ ਸੀ।
ਉਹ ਹੱਡੀ ਸੰਤ ਉੱਥੋਂ ਚੱਕ ਲਿਆ ਹੈ ਅਤੇ ਉਹਨੂੰ ਪੀਸਤਾ ਕਿ ਇਹਨੂੰ ਕਿਤੇ ਪਾਣੀ 'ਚ ਰੋੜਾਂਗੇ ਜਾ ਕੇ, ਇਹ ਅਕਿਰਤ ਘਣ ਦੀ ਹੱਡੀ ਹੈ। ਜਿਹਨੇ ਗੁਰੂ ਤੋਂ ਮੂੰਹ ਫੇਰਿਆ ਹੈ, ਜਿਹੜਾ ਗੁਰੂ ਦਾ ਬੇਮੁੱਖ ਹੈ, ਜਿਹੜਾ ਗੁਰੂ ਤੋਂ ਲੈ ਕੇ ਮੁੱਕਰ ਗਿਆ, ਜਿਹੜਾ ਸੰਗੀਆਂ ਨਾਲ ਧੋਖਾ ਕਰਦਾ, ਇਹ ਅਕਿਰਤ ਘਣ ਦੀ ਹੱਡੀ ਹੈ ਜਿਹਦੇ ਪੱਲੇ ਧੋਖੇ ਕਰਨੇ ਪੈਣੇ, ਇਹਨੂੰ ਕਿਤੇ ਰੋੜ ਦਿਆਂਗੇ। ਉਹਨਾਂ ਨੇ ਪੁੜੀ ਬੰਨ ਕੇ ਰੱਖ ਦਿੱਤੀ ਪੀਸ ਕੇ ਨਾ, ਚੰਗੀ ਤਰ੍ਹਾਂ ਜਿਹਦੇ 'ਚ ਦਵਾਈਆਂ ਪੀਸਦੇ ਸੀ ਬਰੀਕ ਕਰਕੇ ਪੁੜੀ ਬੰਨ ਕੇ ਰੱਖ ਦਿੱਤੀ ਵੀ ਇਹਨੂੰ ਕਿਤੇ ਦੂਰ ਸਿੱਟ ਆਵਾਂਗੇ। ਉਹਦਾ ਜਿਹੜਾ ਦੋਸ਼ ਸੀ ਖਤਮ ਕੀਤਾ ਵੀ ਇਹਨੂੰ ਸਿੱਟ ਆਵਾਂਗੇ ਜਾ ਕੇ ਉੱਥੇ। ਸੰਤ ਪੁੜੀ ਬਣ ਕੇ ਰੱਖ ਲਈ ਆਪਦੇ ਸਿਰਾਣੇ ਵਾਲੇ ਪਾਸੇ, ਸਿਰ ਵਾਲੇ ਪਾਸੇ ਰੱਖੀ ਹੋਈ ਸੀ ਬਣ ਕੇ ਪੁੜੀ ਵੀ ਇਹਨੂੰ ਰੋੜ ਆਵਾਂਗੇ ਕਿਤੇ। ਰਾਜੇ ਦੀ ਬੇਟੀ ਝਾੜੂ ਲਾਉਣ ਆਈ, ਸੇਵਾ ਕਰਨ ਆਈ, ਉਹਨੇ ਕਿਹਾ ਵੀ ਮਹਾਂਪੁਰਸ਼ ਹੈ ਨਹੀਂ, ਪ੍ਰਸ਼ਾਦ ਲੈ ਕੇ ਜਾਣਾ ਸੀ ਘਰ ਨੂੰ, ਪਰ ਸੰਤ ਕਿਸੇ ਕਾਰਜ ਵਿੱਚ ਗਏ ਹੋਏ ਸਨ, ਸੰਤ ਹੈਗੇ ਨਹੀਂ ਸੀ। ਉਹਨੇ ਕਿਹਾ ਚਲੋ ਪ੍ਰਸ਼ਾਦ ਮੇਰੇ ਵਾਸਤੇ ਰੱਖ ਗਏ ਹੋਣਗੇ ਜ਼ਰੂਰ, ਉਹਨਾਂ ਨੂੰ ਪਤਾ ਹੈ ਵੀ ਬੇਟੀ ਪ੍ਰਸ਼ਾਦ ਲੈ ਕੇ ਜਾਂਦੀ ਹੈ। ਉਹ ਪੁੜੀ ਬੱਜੀ ਪਈ ਸੀ, ਉਹਨੇ ਉਹ ਪੁੜੀ ਚੱਕ ਲਈ ਕਿ ਸੰਤਾਂ ਨੇ ਮੇਰੇ ਵਾਸਤੇ ਰੱਖੀ ਬਣ ਕੇ। ਉਹ ਪੁੜੀ ਚੱਕ ਕੇ ਰਾਜੇ ਦੀ ਲੜਕੀ ਲੈ ਗਈ ਤਾਂ ਉਹਨੇ ਪ੍ਰਸ਼ਾਦ ਸਮਝ ਕੇ ਖਾ ਲਿਆ। ਜਦੋਂ ਖਾ ਲਿਆ ਤਾਂ ਉਹਦੇ 'ਤੇ ਅਸਰ ਬੁਰਾ ਪੈ ਗਿਆ। ਬੁਰਾ ਅਸਰ ਇਹ ਪਿਆ ਕਿ ਉਹਦਾ ਗਰਭ ਠਹਿਰ ਗਿਆ, ਅੰਦਰ ਬੱਚਾ ਠਹਿਰ ਗਿਆ, ਉਸ ਜਿਹੜੀ ਹੱਡੀ ਸੀ ਕਿਰਤਕਾਨ ਦੀ। ਰਾਜੇ ਨੇ ਕਿਹਾ ਵੀ ਇਹ ਕੀ ਹੋ ਗਿਆ, ਮੇਰੀ ਕੁਆਰੀ ਲੜਕੀ, ਇਹਨੂੰ ਆ ਦੋਸ਼ ਲੱਗ ਗਿਆ, ਕਿਸੇ ਦੇ ਕੋਲ ਨਹੀਂ ਜਾਂਦੀ, ਕੋਈ ਇਹਨੂੰ ਮਿਲਦਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦੀ, ਮੂੰਹ ਸਿਰ ਵਲੇਟ ਕੇ ਸੰਤਾਂ ਦੇ ਦਰ 'ਤੇ ਝਾੜੂ ਲਾਉਂਦੀ, ਇਹ ਦੋਸ਼ ਇਹਦੇ ਸਿਰ ਕਿਉਂ ਪੈ ਗਿਆ। ਰਾਜਾ ਸੋਚਣ ਲੱਗਾ, ਰਾਣੀ ਨਾਲ ਸਲਾਹ ਕੀਤੀ ਵੀ ਲੜਕੀ ਨੂੰ ਦੋਸ਼ ਕਿਵੇਂ ਲੱਗ ਗਿਆ। ਕਹਿੰਦੀ ਮੈਂ ਸੰਤਾਂ ਤੋਂ ਸਵਾ ਕਿਤੇ ਨਹੀਂ ਜਾਂਦੀ, ਸੰਤਾਂ ਦੇ ਨੀਵੀਂ ਪਾ ਕੇ ਜਾਣੀ, ਸੇਵਾ ਕਰਕੇ ਘਰ ਆਉਣੀ ਆ। ਕਹਿੰਦੇ ਇਹ ਪਤਾ ਨਹੀਂ ਕੀ ਹੋ ਗਿਆ, ਮੈਨੂੰ ਨਹੀਂ ਇਸ ਬਾਰੇ ਕੋਈ ਗਿਆਨ। ਸੰਤ ਰਾਜੇ ਨੇ ਕਿਹਾ ਵੀ ਝੂਠ ਬੋਲਦੀ ਲੜਕੀ, ਇਹ ਗੁਨਾਹ ਜ਼ਰੂਰ ਕਰ ਬੈਠੀ ਹੈ, ਅਤੇ ਨਿਗਾਹ ਵਿੱਚ ਸੰਤੀ ਆਉਂਦੇ ਸੀ, ਸੰਤਾਂ ਨੂੰ ਬੁਲਾ ਲਿਆ ਕਚਹਿਰੀ 'ਚ। ਕਹਿਣ ਲੱਗੇ ਸੰਤ ਜੀ, ਤੁਹਾਡੇ ਤੋਂ ਸਵਾ ਸਾਡੀ ਲੜਕੀ ਕਿਤੇ ਜਾਂਦੀ ਨਹੀਂ, ਪਰ ਇਸ ਨੂੰ ਕਲੰਕ ਲੱਗ ਗਿਆ, ਤੁਹਾਡੇ ਕੋਲ ਜਾਂਦੀ ਹੈ। ਸੰਤ ਕਹਿੰਦੇ ਰਾਜਾ ਤੂੰ ਸਾਡੇ 'ਤੇ ਸ਼ੱਕ ਕਰਦਾ। ਕਹਿਣ ਲੱਗਾ ਹਾਂ। ਕਹਿਣ ਲੱਗੇ ਹੁਣ ਤੈਨੂੰ ਸਫਾਈ ਕਿਵੇਂ ਦੇਈਏ, ਰੱਬ ਹੀ ਸਾਡੇ ਵਿੱਚ ਹੈਗਾ, ਅਸੀਂ ਉਸ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦੇ ਵੀ ਸਾਡਾ ਦੋਸ਼ ਨਹੀਂ ਗਾ। ਰਾਜਾ ਕਹਿੰਦਾ ਨਹੀਂ, ਇਹ ਸੰਤ ਜੀ ਤੁਹਾਡਾ ਹੀ ਦੋਸ਼ ਹੈ, ਮੈਂ ਤੁਹਾਨੂੰ ਫਾਂਸੀ 'ਤੇ ਲਟਕਾਵਾਂਗਾ। ਉਸ ਸੰਤ ਨੂੰ ਰਾਜੇ ਨੇ ਫਾਂਸੀ 'ਤੇ ਲਟਕਾ ਤਾ। ਕੁਆਰੀ ਕੁੜੀ ਨੂੰ ਕਲੰਕ ਲੱਗ ਗਿਆ, ਬੱਚਾ ਹੋ ਗਿਆ, ਰਾਜੇ ਦਾ ਰਾਜ ਭਾਗ ਨਸ਼ਟ ਹੋ ਗਿਆ। ਕਹਿੰਦੇ ਇੰਨੀ ਗੰਦੀ ਹੈਗੀ ਜੇ ਕਿਰਤ ਘਣ ਦੀ ਹੱਡੀ, ਅਜੇ ਉਹ ਨਹੀਂ ਆਪ, ਅਕਿਰਤ ਘਣ ਦੀ ਹੱਡੀ ਨੇ ਸੰਤਾਂ ਨੂੰ ਫਾਂਸੀ ਦੇ ਦਿੱਤੀ।
ਕੁਆਰੀ ਕੰਨਿਆਂ ਨੂੰ ਕਲੰਕ ਲੱਗ ਗਿਆ। ਜਦੋਂ ਐਡਾ ਪਾਪ ਰਾਜੇ ਤੋਂ ਹੋ ਗਿਆ ਅਤੇ ਰਾਜ ਭਾਗ ਹੀ ਖਤਮ ਹੋ ਗਏ ਸਾਰੇ। ਕਹਿੰਦੇ ਕਦੇ ਨਾ ਜ਼ਿੰਦਗੀ 'ਚ ਗੁਰੂ ਤੋਂ ਲੈ ਕੇ ਗੁਰੂ ਦੇ ਬਣ ਕੇ ਮੂੰਹ ਨਾ ਫੇਰਿਆ ਜੀ, ਆ ਕਿਰਤ ਕਰਨਾ ਬਣਿਓ, ਮਾੜੇ ਤੋਂ ਮਾੜਾ ਕਿਰਤ ਕਰਨ। ਅਤੇ ਸਤ ਸੱਚਾ ਪਾਤਸ਼ਾਹ ਸਾਡਾ ਗੁਰੂ ਹੈ, ਸਾਨੂੰ ਅਸੀਂ ਗੁਣਾਂ ਨਾ ਇਕੱਠੇ ਕਰ ਲਈਏ ਇੱਥੇ, ਗੁਰੂਆਂ ਅੱਗੇ ਕਿਸੇ ਦੋਸ਼ੀ ਨਾ ਬਣ ਜਾਈਏ, ਉਹਨਾਂ ਨੂੰ ਹਾਜ਼ਰ ਸਮਝ ਕੇ ਸਾਰੀਆਂ ਸੇਵਾ ਕਰੀ ਦੀਆਂ ਕਿ ਸਾਡੇ ਗੁਰੂ ਸਾਨੂੰ ਵੇਖ ਰਹੇ ਨੇ। ਉਹਨਾਂ ਦੇ ਚਰਨਾਂ 'ਚ ਝੂਠ ਨਹੀਂ ਬੋਲਣਾ, ਚਲਾਕੀਆਂ ਚਤਰਾਈਆਂ ਨਹੀਂ ਕਰਨੀਆਂ, ਗੁਣਾਂਗਾਰ ਨਹੀਂ ਬਣਨਾ। ਮਤਾ ਸਿਰ ਪਾਪ ਪੈ ਜਾਣ ਅਤੇ ਗੁਰੂ ਸਾਨੂੰ ਆਪਣਾ ਬਣਾ ਕੇ ਆਪਦੇ ਚਰਨਾਂ ਵਿੱਚ ਰੱਖ ਕੇ ਆਪਣੀ ਸੇਵਾ ਦੇਵੇ ਜੀ। ਆਪਣੀ ਭਗਤੀ ਲਾ ਲਓ ਬਾਬਾ ਜੀ, ਕਰਨਾ ਬਣੀ ਅਸੀਂ ਠੀਕ ਹੈ। ਮੇਰਾ ਦਾਤਾ ਬਖਸ਼ਿੰਦੇ, ਮੈਂ ਸਾਰਿਆਂ ਤੋਂ ਕਿਰਤ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਜੇ ਕਹੋਗੇ ਤਾਂ ਮੇਰੇ ਵਰਗਾ ਕਿਰਤ ਕਰਨ ਕੋਈ ਨਹੀਂ ਹੈਗਾ, ਜਿੰਨੀਆਂ ਉਹਨੇ ਮੈਨੂੰ ਰਹਿਮਤਾਂ ਕੀਤੀਆਂ ਮੈਂ ਮੁੱਕਰਿਆ ਹੋਇਆ, ਜਿੰਨੇ ਸੁੱਖ ਦਿੱਤੇ ਮੈਂ ਮੁੱਕਰਿਆ ਹੋਇਆ, ਮੈਂ ਕੱਖ ਨਹੀਂ ਜਾਣ ਰਿਹਾ, ਇਸ ਕਰਕੇ ਮਾਲਕ ਮੈਨੂੰ ਬਖਸ਼ ਲਵੀ। ਤੂੰ ਬਖਸ਼ਦਾ ਹੈ ਸਤਿਗੁਰੂ ਬਖਸ਼ਦਾ, ਕਹਿੰਦੇ ਸਤਿਗੁਰੂ ਬਖਸ਼ਦਾ ਹੈ ਸਾਡੇ ਵਰਗੇ ਕਿਰਤ ਕਣਾਂ ਨੂੰ, ਜਿਹੜਾ ਬਖਸ਼ ਲਵੇ। ਸਾਰੇ ਹੀ ਪਾਪ ਕੀਤੇ ਨੇ, ਸਾਰੇ ਹੀ ਗੁਨਾਹ ਕੀਤੇ ਨੇ, ਇਸ ਕਰਕੇ ਮੇਰਾ ਸਤਿਗੁਰੂ ਬਖਸ਼ਦਾ ਹੈ। ਮੇਰੇ ਜਿਹਾ ਕੋਈ ਪਾਪੀ ਗੁਣਾ ਹੀ ਨਹੀਂ, ਵਾਹਿਗੁਰੂ ਬਾਬਾ ਜੀ ਬਖਸ਼ ਲੈਣਾ। ਭੜਕ ਭੜਕ ਕੇ ਆਏ ਹਾਂ ਚਰਨਾਂ 'ਚ, ਹੁਣ ਇੱਕੋ ਹੀ ਬੇਨਤੀ ਹੈ ਕਿ ਆਪਣੀ ਭਗਤੀ 'ਚ ਰੱਖੋ, ਨਾਮ 'ਚ ਪਾਓ, ਬਲ ਬਖਸ਼ੋ, ਬੁੱਧ ਬਖਸ਼ੋ, ਤੁਹਾਡੇ ਗੁਣ ਗਾਈਏ ਰਜ ਰਜ ਕੇ, ਨਾਮ ਜਪੀਏ, ਨਾਮ ਜਪਾਈਏ, ਇੱਕ ਇਨਕਾਬ ਦੇ ਭੰਡਾਰੇ 'ਚੋਂ ਬਖਸ਼ ਦਿਓ ਗਰੀਬ ਨੂੰ। ਅਤੇ ਇਹਦਾ ਇੱਕ ਕਿਣਕੇ ਨਾਲ ਹੀ ਵਕਤ ਪਾਸ ਹੋ ਜਾਏਗਾ, ਮੇਹਰ ਭਰਿਆ ਕਿਣਕਾ। ਹਰਜਸ ਗਾਇਓ, ਹਰਜਸ ਗਾਇਓ ਸੰਤ ਜਨਾ ਮਿਲ, 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 ਕੋੜ ਜਨਮ ਕੇ ਦੁੱਖ ਗਵਾਇਓ, ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਬਨ ਪਾਇਓ, ਹਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਸਰਬ ਸੁਖ ਹਰ ਨਾਮ ਵਡਾਈ।
ਗੁਰ ਪ੍ਰਸਾਦ ਨਾਨਕ ਮਤ ਪਾਈ ਮਿਲ ਹਰ ਜਸ ਗਾਇਓ ਸੰਤ ਜਨਾਮ ਮਿਲ ਹਰ ਜਸ ਗਾਇਓ ਸੰਤ ਜਨਾਮ ਮਿਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰਿਆਈਆਂ ਵਾਚੈ ਧਰਮ ਦੂ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਵਾਹਿਗੁਰੂ ਜੀ ਨੇ ਨਾਮ ਪਿਆਇਆ ਗਏ ਬਸੰਤ ਕਾਲ ਨਾਨਕ ਤੇ ਮੁਕਤ ਨੇ ਕਿਹਦੀ ਛੁੱਟੀ ਨਾਲ ਨਾਮ ਪਿਆਇਆ ਗਏ ਬਸੰਤ ਕਾਲ ਨਾਨਕ ਦੇ ਮੁਕਤ ਨੇ ਕਿਹਦੀ ਛੁੱਟੀ ਨਾਲ ਕਿਹਦੀ ਛੁੱਟੀ ਨਾਲ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀ ਨੂੰ ਬਲ ਆਪਣਾ ਸਿਰੇ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਿਦਾਰਿਓ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰੇ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੁੱਖ ਬਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ